ਪਿਛਲੀ ਵਾਰ ਵੀ ਇੱਦਾਂ ਹੀ ਮਰ ਗਈ ਸੀ झोना ਵੀ ਮਰਦਾ ਤਹਿਸੀਲਦਾਰ ਸਾਹਿਬ ਨੂੰ ਵਿਖਾਇਆ ਮੈਂ ਐਸਡੀਐਮ ਸਾਹਿਬ ਨੂੰ ਪਿਛਲੀ ਵਾਰ ਅਸੀਂ ਦਿਖਾਇਆ ਵੀ ਸਾਡਾ ਆਹ ਹਾਲ ਹੈ ਕਿਸੇ ਨੇ ਨਹੀਂ ਪੁੱਛਿਆ ਦੀਨਾ ਸਾਹਿਬ ਦਾ ਇੰਨਾ ਬੁਰਾ ਹਾਲ ਹੈ ਨਿਕਾਸ ਹੀ ਸਾਡੇ ਕੋਈ ਹੈ ਨਹੀਂ ਵਾਰ ਵਾਰ ਮਿੰਨਤਾਂ ਕੀਤੀਆਂ ਪ੍ਰਸ਼ਾਸਨ ਨੂੰ ਬਹੁਤ ਕੋਈ ਨਹੀਂ ਪੁੱਛਦਾ ਜੀ ਇੱਥੇ ਨਹੀਂ ਪਤਾ ਕੀ ਆ ਅਸਲ 'ਚ ਕੀ ਹੋਏ ਗਿਆ ਕਿ ਸੜਕਾਂ ਚੱਕਦੀਆਂ ਉੱਚੀਆਂ ਸੜਕਾਂ ਉੱਚੀਆਂ ਚੱਕਦੀਆਂ ਪੁਲੀਆਂ ਉੰਨੀਆਂ ਬਣਾਈਆਂ ਨੇ ਉਹ ਡਾਂਫ ਲੱਗ ਜਾਂਦੀ ਨਿਕਾਸੀ ਬੰਦ ਹੋ ਗਈ ਨਿਕਾਸ ਤਾਂ ਪਿੰਡਾਂ ਦਾ ਤਾਂ ਬਿਲਕੁਲ ਹੀ ਜਿਹੜਾ ਕੁਦਰਤੀ ਵਹਾਅ ਸੀ ਨਾ ਇਹਨੂੰ ਜਾਣ ਨਾਲ ਉਹ ਬੰਦ ਹੋ ਟੁੱਟ ਟੁੱਟ ਗਿਆ ਉਹ ਰੋਕ ਲਿਆ ਜਗ੍ਹਾ ਜਗ੍ਹਾ 'ਤੇ ਸੜਕਾਂ ਉੱਚੇ ਚੱਕਦੇ ਆ ਉਹ ਇੱਕ ਪੁਲੀ ਰਾਹੀਂ ਸਾਰਾ ਕੁਝ ਨਿਕਲਦਾ ਨਾ ਦੀਨੇ ਸਾਹਿਬ 3200 ਏਕੜ ਹੈ ਤੇ 2900 ਸਾਡੇ ਹੈਗੀ ਹੈ ਕਣਕ ਦੀ ਖੇਤੀ ਜਾਣੀ ਜਿਹੜੇ ਪੱਠੇ ਆ ਬਰਸੀਨ ਬਿਲਕੁਲ ਨਹੀਂ ਛੱਡੀ ਮੱਕੀਆਂ ਨਵੀਆਂ ਬੀਜੀਆਂ ਸੀ ਬਿਲਕੁਲ ਖਤਮ ਹੈ ਜੀ ਸਬਜ਼ੀਆਂ ਦਾ ਤੁਸੀਂ ਕਹਿੰਦੇ ਸੱਤਿਆਨਾਸ਼ ਇਸੇ ਕਰਕੇ ਆਏ ਆ ਅਸੀਂ ਇਹ ਦਿਨ ਕੁਦਰਤ ਮੂਹਰੇ ਕੋਈ ਚੱਲਦਾ ਨਹੀਂ ਜ਼ੋਰ ਪਰ ਨਾਲ ਖੜਾਂਗੇ ਤੁਹਾਡੇ ਅਸੀਂ ਠੀਕ ਹੈ ਜੀ ਬਹੁਤ ਔਰ ਉਹ ਵੀ ਇਦਾਂ ਨਹੀਂ ਕਿ ਇਕੱਲੇ ਅਨਾਊਂਸਮੈਂਟ ਕਰ ਜੀਏ ਜਾਂ ਕੋਈ ਗੁਰਦੌਰੀਆਂ 'ਚ ਹੀ ਰੁੜਦੇ ਰਹੋ ਅਸੀਂ ਹੁਣ ਇੱਕ ਹਫ਼ਤੇ ਦੇ ਵਿੱਚ ਵਿੱਚ ਹੀ ਤੁਹਾਡਾ ਇਹ ਨੁਕਸਾਨ ਪੂਰਾ ਕਰਾਂਗੇ ਤੇ ਔਰ ਨੁਕਸਾਨ ਕਿੰਨਾ ਹੋਇਆ ਨੁਕਸਾਨ ਕਿਹਦਾ ਕਿੰਨਾ ਹੋਇਆ ਸਭ ਤੋਂ ਵੱਧ ਪਿੰਡ ਵਾਲੇ ਜਾਣਦੇ ਠੀਕ ਹੈ ਨਾ ਇੱਥੇ ਸਾਡੇ ਕੋਲ ਰਿਪੋਰਟਾਂ ਆਉਂਦੀਆਂ ਨੇ ਕਿ ਥੋੜ੍ਹੇ ਜਿਹੇ ਕੋਈ ਰਸੂਖਦਾਰ ਨੇ ਉਹ ਆਪਦਾ ਨੁਕਸਾਨ ਲੈ ਜਾਂਦੇ ਲਿਖਾਉਂਦੇ ਹੱਥ ਹੁੰਦਾ ਗਰੀਬ ਮਾਰਿਆ ਜਾਂਦਾ ਜਿਹੜੀ ਅਸਲੀ ਹੁੰਦੀ ਹੈ ਉਹ ਮਾਰਿਆ ਨੰਬਰ 2 'ਤੇ ਪਿੰਡ ਵੱਲੋਂ ਵੀ ਇਹ ਪੁੱਛਣਾ ਜਿਹੜਾ ਬੰਦਾ ਖੇਤੀ ਕਰ ਰਿਹਾ ਹੈ ਉਹਨੂੰ ਮਿਲਣੇ ਚਾਹੀਦੇ ਨੇ ਨਾ ਕਿ ਜੇ ਆਪਾਂ ਰਜਿਸਟਰੀ ਦੇ ਹਿਸਾਬ ਨਾਲ ਦੇਣ ਲੱਗੇ ਜਿਹਨੇ ਠੇਕੇ ਦਿੱਤੀ ਹੁੰਦੀ ਹੈ ਉਹ ਠੇਕਾ ਵੀ ਲੈ ਲੈਂਦਾ ਮੁਆਵਜ਼ਾ ਵੀ ਲੈ ਲੈਂਦਾ ਜ਼ਿੰਮੇਵਾਰੀ ਪਟਵਾਰੀਆਂ ਨੂੰ ਵੀ ਫਿਕਸ ਕਰੋ ਜੀ ਇਹ ਪਤਾ ਕਰੋ ਪਿੰਡ 'ਚ ਕਿੰਨੇ ਬੰਦੇ ਨੇ ਠੇਕੇ ਦੇ ਦਿੱਤੇ ਹੋਈ ਹੈ ਕਾਸ਼ਤਕਾਰ ਨੂੰ ਮਿਲੇ ਮਤਲਬ ਜਿਹਨੇ ਉਹਤੇ ਫਸਲ ਬੀਜੀ ਹੋਈ ਰਾਈਟ ਸਰ ਇਹ ਮੇਕ ਸ਼ੋਰ ਕਰਨਾ ਜੀ ਸਰ ਅਤੇ ਅੱਜ ਮੈਂ ਸਾਰੇ ਇੱਧਰ ਜਾਊਂਗਾ ਜੀ ਸਾਰੇ ਤਲਵੰਡੀ ਸਾਬੋ ਇੱਧਰ ਆਪਣਾ ਮੁਕਤਸਰ ਦਾ ਪਿੰਡ ਨੇ ਹਾਂ ਅਤੇ ਬਠਿੰਡੇ ਦੇ ਪਿੰਡ ਨੇ ਪਟਿਆਲੇ ਦੇ ਪਿੰਡ ਨੇ ਸਾਰੇ ਜਾਵਾਂਗੇ ਅਤੇ ਜਿੰਨਾ ਵੀ ਨੁਕਸਾਨ ਹੋਇਆ ਪੰਜਾਬ ਸਰਕਾਰ ਹੈਗੀ ਕੋਈ ਬਿਲਕੁਲ ਘਬਰਾਉਣਾ ਨਹੀਂ ਹੌਸਲਾ ਰੱਖਣਾ ਬਸ ਦੇਖੋ ਜੀ ਪਰਸੋਂ ਬੇਮੌਸਮੀ ਬਰਸਾਤ ਹੋਈ ਗੜੇ ਪਏ ਬਹੁਤ ਜ਼ੋਰ ਦੀ ਹਨੇਰੀ ਚੱਲੀ ਔਰ ਬਾਫ ਰੋਲੇ ਜਿਹੜੇ ਆਮ ਤੌਰ 'ਤੇ ਦੇਖੇ ਨਹੀਂ ਜਾਂਦੇ ਟਰਨੈਡੋ ਕਹਿ ਦਿੰਦੇ ਜਿਹਨਾਂ ਨੂੰ ਉਹ ਵੀ ਆਏ ਬਾਗਾਂ ਦੇ ਵਿੱਚ ਬੂਟਿਆਂ ਦੇ ਬੂਟੇ ਜਿਹੜੇ ਨੇ ਉਹ ਖਰਾਬ ਹੋ ਗਏ ਲੋਕਾਂ ਦੇ ਘਰਾਂ ਦੀਆਂ ਛੱਤਾਂ ਵੀ ਫਾਜ਼ਿਲਕਾ ਵੱਲ ਅਬੋਹਰ ਵੱਲ ਮਲੋਟ ਵੱਲ ਘਰਾਂ ਦੀਆਂ ਛੱਤਾਂ ਉੱਡਣ ਦੀ ਵੀ ਖਬਰ ਹੈ ਨਾਲ ਨਾਲ ਕਣਕ ਦੇ ਨੁਕਸਾਨ ਦੀ ਬਹੁਤ ਵੱਡੀ ਖਬਰ ਹੈ ਖਾਸ ਤੌਰ 'ਤੇ ਮਲੋਟ ਏਰੀਆ ਬਠਿੰਡਾ ਏਰੀਆ ਤਲਵੰਡੀ ਸਾਬੋ ਖਾਈ ਪੱਤੋ ਹੀਰਾ ਸਿੰਘ ਇਹ ਜਿਹੜਾ ਮੋਗੇ ਦਾ ਇਲਾਕਾ ਹੈ ਨਿਹਾਲ ਸਿੰਘ ਵਾਲਾ ਦਾ ਇਲਾਕਾ ਹੈ ਆਪਾਂ ਦੇਖ ਹੀ ਰਹੇ ਹਾਂ ਤੁਸੀਂ ਆਪਣੇ ਕੈਮਰਾ ਰਾਹੀਂ ਦਿਖਾਈ ਸਕਦੇ ਹੋ ਕਿ ਪਾਣੀ ਹਜੇ ਵੀ ਖੜ੍ਹਾ ਹੈ ਫਸਲ ਪੱਕੀ ਪਈ ਹੈ ਹੁਣ ਕੋਈ ਚਾਂਸ ਨਹੀਂ ਕਿ ਇਹ ਫਸਲ ਜਿਹੜੀ ਹੈ ਇਹਨੂੰ ਆਪਾਂ ਖੜੀ ਕਰਕੇ ਕਣਕ ਦੀ ਫਸਲ ਨੂੰ ਆਪਾਂ ਕੋਈ ਇਹ 'ਚੋਂ ਕੁਛ ਕੱਢ ਲਾਂਗੇ ਕਿਉਂਕਿ ਆਲਰੇਡੀ ਦਾਣੇ ਜਿਹੜੇ ਨੇ ਉਹ ਗੜਿਆਂ ਨਾਲ ਜਿਹੜੇ ਉਹ ਭੁਰ ਗਏ ਨੇ ਅਤੇ ਨਿਕਲ ਚੁੱਕੇ ਨੇ ਸੋ ਪੰਜਾਬ ਸਰਕਾਰ ਵੱਲੋਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਕਿਸਾਨ ਦੇ ਨਾਲ ਖੜੀਏ ਕਿਉਂਕਿ ਨਾ ਤਾਂ ਉਹਦਾ ਕਸੂਰ ਹੈ ਇਹ ਤਾਂ ਕੁਦਰਤੀ ਮਾਰ ਹੈ ਅਤੇ ਅਸੀਂ ਪੰਜਾਬ ਸਰਕਾਰ ਵੱਲੋਂ ਡੀਸੀ ਸਾਹਿਬ ਨੂੰ ਕਹਿਤਾ ਪੰਜਾਬ ਦੇ ਸਾਰੇ ਡੀਸੀ ਡਿਪਟੀ ਕਮਿਸ਼ਨਰਾਂ ਨੂੰ ਕਹਿਤਾ ਕਿ ਇੱਕ ਹਫ਼ਤੇ ਦੇ ਵਿੱਚ ਸਾਨੂੰ ਸਪੈਸ਼ਲ ਗਰਦੌਰੀਆਂ ਕਰਕੇ ਦਿਓ ਸਪੈਸ਼ਲ ਗਰਦੌਰੀ ਦਾ ਮਤਲਬ ਹੁੰਦਾ ਇਕੱਲੀ ਫਸਲ ਨਹੀਂ ਹੁੰਦੀ ਉਹ 'ਚ ਉਹਦੇ 'ਚ ਕੋਈ ਕਿਸੇ ਦਾ ਡੰਗਰਾਂ ਵਾਲਾ ਬਾੜਾ ਢਹਿ ਗਿਆ ਕਿਸੇ ਦਾ ਪਸ਼ੂ ਡੰਗਰ ਦਾ ਨੁਕਸਾਨ ਹੋ ਗਿਆ ਕਿਸੇ ਦੀ ਛੱਤ ਢਹਿ ਗਈ ਉਹ ਵੀ ਉਹਦੇ ਵਿੱਚ ਆ ਜਾਂਦੀ ਹੈ ਨੁਕਸਾਨ ਦੇ ਵਿੱਚ ਬਹੁਤ ਸਾਰੇ ਗਰੀਬਾਂ ਦੇ ਕੱਚੇ ਘਰ ਨੇ ਉਹ ਢਹਿ ਗਏ ਹੋਣਗੇ ਤਾਂ ਅਸੀਂ ਸਪੈਸ਼ਲ ਗਰਦੌਰੀ ਉਹਦੇ ਵਿੱਚ ਵੀ ਅਸੀਂ ਮੰਨਦੇ ਹਾਂ ਸੋ ਪੰਜਾਬ ਸਰਕਾਰ ਵੱਲੋਂ ਅਸੀਂ ਫੌਰੀ ਤੌਰ 'ਤੇ ਜਿਹੜਾ ਜਿਵੇਂ 33% ਤੋਂ 75% ਦਾ ਜਿਹੜਾ ਨੁਕਸਾਨ ਹੈ ਯਾਨੀ ਕਿ ਤੀਜਾ ਹਿੱਸਾ ਤੋਂ ਲੈ ਕੇ 2/3 ਤੱਕ 33% ਤੋਂ 75
60% तक का जो नुकसान है तो 75 से 100 तक का जो नुकसान है वह असी वेरवा मंगा रहे हैं। तो असी 15,000 रुपये एक किले का जोड़ा वो जो नुकसाने गए फसल उन्होंने देवे जो 75% से 100 तक नुकसाने गए 15,000 रुपया एक एकड़ का असी किसान के खात्या पावे। पिछली बार ना असी 25% बधाया पहला वो 11-12 हज़ार अनाउंस ही करते मिलता तो कई बार मजाक ही हो जाते जख्मों के लमक वाली गल के 55 रुपये का चैक भी आ जाता सी 62 रुपये का चैक भी आ जाता सी मुआवजे के नाते मजाक होंगे सी। सो असी जेडे हुण इस बार असी 15,000 रुपया जिन्हां दी 75% से 100% तक कणक का नुकसान होया चारे का नुकसान होया जां फसल का नुकसान होया वो देवांगे। 33 से 75 तक पहला 5400 कहिंदे सी असी 6750 रुपये 25% उच्च भी वाधा करता जाने कि चौथा हिस्सा असी रकम बधाती। तो सब तो जिहड़ी इहदे विच राहत वाली गल यह है कि ये पैसे मिलणगे और मिलणगे भी असली जिहड़े जिथे नुकसान होया नहीं तो की हुंदा साडे कोल पहला रिपोर्टां आउंदियां सी कि जिहड़े रसूखदार बंदे ने जिन्हां दी चलदी है कि सरकारे द्वारे वह आपदियां जमीनां लिखा जांदे सीगे कि बाद च लिख दो बाद हिसाब किताब कर लाँगे वह काम नहीं असी होण देना। ये है कुदरत की मार है चलो कोई नहीं कुदरत अगर किसी का जोर नहीं चलता पर एक भी पैसा असी जिहड़ा किसी गरीब का किसी होर नूं दे दिए तो ये मेरे ख्याल च गलत होगा। तो इस करके असी MLA साहबान भी मेरे जिन्हें भी MLA साहब MLA नियाल सिंह वाला MLA धर्मकोट MLA मोगा तो आए हैं जिन्हें भी साढ़े MLA साहबान ने जां प्रशासन है उन्होंने मैं सख्त हदायतां दित्तियां ने कि पैसे उसे नूं मिलन जिन्हां दा नुकसान होया। आम तौर पर बहुत सारे पिंडां च रौला पै जांदा है कि ठेके ते दित्ती हुई जमीन सी सरकार ने जिहड़ा वो रजिस्ट्रियां देख के मुआवजा देता पर उन्हें ठेके दित्ती हुई जमीन सी उन्हें ठेके दे भी पैसे ले ले सारे नहीं है मैं पंजे उंगलां इक्को सार नहीं कहिंदा बहुत सारे चंगे भी ने जिहड़े दे दिंदे उन्हूं कि यार तेरा नुकसान हो गया तू सरकार वाले पैसे जिहड़े ने वो मेरे ले ला। सो ये भी मेक श्योर करांगे असीं कि काश्तकार नूं ही पैसे मिलन। तो 15,000 रुपया पर एकड़ का असीं अज अनाउंस करके जाने हफ्ते के विच विच ये सारी रिपोर्ट जिहड़ी साडे कोल आ जाऊगी तो इन्हां दे किसानां दे खात्यां दे विच 75% से 100% दे नुकसान ही गई है जिहड़ी उस तों घट है जी 33 से 75 तक दा 6750 रुपये 25% वह देखो जे घर किसी का ढह गया तो 95,000 तो उपर पैसा जोड़ा वो घर पाँ तक जे किसी का घर ढह गया गरीब का कच्चा कोठा ढह गया तो भी असी उन्होंने जोड़ा मुड़ बसेवा करा तो उदू पेल जिन्हें चर घर नहीं पैंता उन्होंने कोई ना कोई अल्टरनेटिव उन्होंने पहली बार वेख्या कि मुख्यमंत्री खुद आके जो फील्ड च बैठे पहला हैलीकॉप्टर तो जोड़े जायजा लैके चले जाते ताइयों फिर पहला वाले ने कह सकते हैं कि वह नहीं आते उन्होंने पता ही नहीं खेतों का उन्होंने कदे इधर आए नहीं है वह तो बस उपरों जोड़ा हाए बाए कह के लंघ जाते असी खेतों के पोत जी अभी खेतों चो निकले हुए हैं सानू इस गल का पता है कि इस किसान का की हाल होगा घरें रोटी नहीं पकती जी जिद्दे बेमौसमी बरसात हो जाए साड़ी अपना झोना साड़ी अपनी कणक मरती रही है ढाबा चीगी ढाबा का मतलब हो गया जिते पानी खड़ता हो नीवा सी। सो जो बेमौसमी बरसात हो जाती सी तो साढ़े घर भी रोटी नहीं पकती होंगी सी। सो दर्द जिहड़ा उही जान सकता जी पिंडे ते जिन्हें हंडाई होवे। सो असी मैं हाँ हौसला भी दिना कुदरती मार है कोई गल नहीं पर सरकारां दा फर्ज बनता कि नाल खड़न बहुत सारा कुदरती आफतों का फंड हुंदा जी सरकारां कोले कोई पैसे की घाट नहीं हैगी। सो असी किसान नूं ते मजदूर नूं देखो मजदूर भी जिहड़े ने उह इहदे च नुकसान ने गए ना जे उन्हां दी कणक नहीं मरी पर इस कणक नूं वढ़न वेले इस कणक नूं जदों इत्थे कंबाइन चलनी सी इत्थे रीपर चलने सी जां इत्थे तूड़ी बनाउण वाली मशीन चलनी सी उदों जिहड़े मजदूरां ने आपदी मजदूरी करके आपदी कबीलदारी चलाउणी सी उह भी तो मारी गई ना तो असी उन्होंने भी जोड़ा वो कंपनशेट करेंगे 10% होंगे जी 10% गिरदावरियां बहुत लेट होंगे मैं हफ्ते के गया जी पहला गिरदावरियां लेट होंगे सी हूँ नहीं हूँ हफ्ते के गिरदावरियां पहुँचन गया और मैं पिंड के लोगों और जिथे भी गिरदावरी होगी मैं थोड़े जरिए पंजाब किसानों बेनती करदा कि पिंड वाले बेनती करदा खास तौर पर कि उस सहयोग दो कि पटवारी या तहसीलदार आते हैं तुहाडे कोले तां सच दस दिओ कि आ इन्नी है जी आ इन्ना दी है आ इन्नी मारी गई आ इन्नी नहीं तो की आ कहिंदे मेरे वाली 20% नूं भी 100 लिख दे यार बाद च हिसाब किताब कर लेंगे वह इदा फिर किसी ना किसी का नुकसान हो जाता फिर कि आके। सो जो सरकार सच्चे दिलों थोड़े नाल है तो तुसीं भी सहयोग दिओ। लास्ट क्वेश्चन जी जगबीर सिंह बराड़ अच्छ शामिल होए आम आदमी पार्टी जलंधर जीवनी तो पहला सर
ਚਲੋ ਆਮ ਆਦਮੀ ਪਾਰਟੀ ਹੈ ਇਹ 'ਚ ਬਹੁਤ ਸਾਰੇ ਲੋਕਾਂ ਨੇ ਹਜੇ ਸ਼ਾਮਿਲ ਹੋਣਾ ਹੈ ਕਿਉਂਕਿ ਅਸੀਂ ਚੰਗੇ ਲੋਕਾਂ ਨੂੰ ਜਿਹੜਾ ਉਹ ਦਰਵਾਜ਼ੇ ਬੰਦ ਨਹੀਂ ਕਰ ਰਹੇ ਔਰ ਪੰਜਾਬ ਦੇਸ਼ ਦੀ ਉਮੀਦਾਂ ਦੀ ਪਾਰਟੀ ਹੈ ਦੇਸ਼ 'ਚ ਪੂਰੇ ਦੇਸ਼ 'ਚ ਉਮੀਦਾਂ ਨੇ ਆਸਾਂ ਨੇ ਸਾਰਿਆਂ ਨੂੰ ਕਿਉਂਕਿ ਅਸੀਂ ਨੋਨ ਪੋਲੀਟੀਕਲ ਬੈਕਗਰਾਊਂਡ 'ਚ ਆਏ ਹੋਏ ਬੰਦੇ ਹਾਂ ਅਸੀਂ ਕੋਈ ਇੱਦਾਂ ਦਾ ਕੋਈ ਤਿਕੜਮਬਾਜ਼ੀਆਂ ਜਾਂ ਲੱਤਾਂ ਖਿੱਚਣ ਵਾਲਾ ਕੰਮ ਨਹੀਂ ਕਰਦੇ ਅਸੀਂ ਤਾਂ ਸਕੂਲਾਂ ਦੀ ਗੱਲ ਕਰਦੇ ਹਾਂ ਅਸੀਂ ਹਸਪਤਾਲਾਂ ਦੀ ਗੱਲ ਕਰਦੇ ਹਾਂ ਅਸੀਂ ਮੁਫਤ ਬਿਜਲੀ ਦੀ ਗੱਲ ਕਰਦੇ ਹਾਂ ਅਸੀਂ ਸੜਕਾਂ ਦੀ ਗੱਲ ਕਰਦੇ ਹਾਂ ਅਸੀਂ ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਉਣ ਦੀ ਗੱਲ ਕਰ ਰਹੇ ਹਾਂ ਅਸੀਂ ਨਹਿਰਾਂ 'ਚ ਪਾਣੀ ਦੀ ਗੱਲ ਕਰ ਰਹੇ ਹਾਂ ਤੁਹਾਡੇ ਵਾਲੇ ਇਲਾਕੇ ਦੇ ਵਿੱਚ ਵੀ ਹੋਊਗਾ ਕਿ ਪਹਿਲੀ ਵਾਰ ਹੋਊਗਾ ਜੀ ਫਾਜ਼ਿਲਕਾ ਅਤੇ ਮਲੋਟ ਇਹ ਆਪਣੇ ਪਿੰਡ ਅਰਨੀ ਵਾਲਾ ਪੰਨੀ ਵਾਲਾ ਇੱਦੋਂ ਅੱਗੇ ਤੁਸੀਂ ਲੈ ਜਾਓ ਵੀ ਜਲਾਲਾਬਾਦ ਵਾਲੇ ਪਾਸੇ ਜਿਹੜਾ ਨਰਮਾ ਬੈਲਟ ਹੈ ਪਹਿਲੀ ਵਾਰ ਜ਼ਿੰਦਗੀ 'ਚ ਹੋਊਗਾ ਮੈਨੂੰ ਬਹੁਤ ਸਾਰੇ ਲੋਕਾਂ ਦੇ ਫੋਨ ਆਏ ਨੇ ਕਹਿੰਦੇ ਘਿਓ ਦੇ ਦੀਵੇ ਬਾਲਾਂਗੇ ਜੀ ਘਿਓ ਦੇ ਦੀਵੇ ਮੈਂ ਕਿਹਾ ਕਿਹੜੀ ਗੱਲ 'ਤੇ ਪਹਿਲੀ ਵਾਰ ਹੋਊਗਾ ਕਿ 1 ਅਪ੍ਰੈਲ ਨੂੰ ਉਹਨਾਂ ਦੇ ਨਹਿਰਾਂ 'ਚ ਪਾਣੀ ਆਊਗਾ ਜੀ ਔਰ ਉਹਨੂੰ 1 ਅਪ੍ਰੈਲ ਨੂੰ ਆਊਗਾ ਜੀ ਕਿਉਂਕਿ ਪਹਿਲਾਂ ਇੱਦੋਂ ਪਹਿਲਾਂ ਨਾ ਜਿਹੜਾ ਪੰਜਾਬ ਸੀ ਉਹ ਬਾਦਲ ਕੇ ਘਰ ਤੱਕ ਹੀ ਸੀ ਬਸ ਉਦੋਂ ਅੱਗੇ ਪੰਜਾਬ ਹੀ ਨਹੀਂ ਸਮਝਦੇ ਸੀ ਨਹਿਰਾਂ ਉੱਥੇ ਤੱਕ ਹੀ ਜਾ ਕੇ ਮੁੱਕ ਜਾਂਦੀਆਂ ਸੀ ਤੁਸੀਂ ਜਾ ਕੇ ਦੇਖਿਓ ਵੱਡੇ ਵੱਡੇ ਉਹਨਾਂ ਦੇ ਤਲਾਬ ਬਣੇ ਹੋਏ ਨੇ ਜਿੱਥੇ ਨਹਿਰ ਮੁੱਕਦੀ ਹੈ ਅਤੇ ਮੈਂ ਤਾਂ ਪਹਿਲਾਂ ਪਰਮਾਤਮਾ ਨੇ ਮੈਨੂੰ ਉਹਦੇ ਘਰ ਭੇਜਿਆ ਸੀ ਇੱਕ ਵਾਰੀ ਅਪ੍ਰੈਂਟਿਸਿਪ ਮੈਂ ਕੀਤੀ ਹੋਈ ਹੈ ਉੱਥੋਂ ਸੋ ਉਹਨਾਂ ਨੂੰ ਅੱਗੇ ਪੰਜਾਬ ਹੀ ਨਹੀਂ ਨਜ਼ਰ ਆਉਂਦਾ ਸੀ ਇਸੇ ਕਰਕੇ ਮਤਲਬ ਉਹਨਾਂ ਨੂੰ ਐਂ ਲੱਗਦਾ ਸੀ ਅਸੀਂ ਹੋਈ ਹਾਂ ਬਸ ਖੇਤੀ ਕਰਨ ਵਾਲੇ ਆਹ ਜਿਹੜੇ 4 ਕਿੱਲੇ 5 ਕਿੱਲਿਆਂ ਵਾਲਾ ਜਿਹੜਾ ਜ਼ਿਮੀਂਦਾਰ ਹੈ ਜੇ ਮੈਂ ਅਕਸਰ ਹੀ ਕਹਿਣਾ ਹੁੰਦਾ ਕਿ ਇਹ ਜਿਹੜਾ ਜ਼ਿਮੀਂਦਾਰ ਹੈ 4 ਕਿੱਲਿਆਂ ਵਾਲਾ 5 ਕਿੱਲਿਆਂ ਵਾਲਾ 90% ਤੋਂ ਉੱਪਰ ਹੈ ਜੇ ਇਹਨੂੰ ਕੋਈ ਹੋਰ ਇਨਕਮ ਖੇਤੀ ਤੋਂ ਇਲਾਵਾ ਕੋਈ ਮਹੀਨਾ ਵਾਈਜ਼ ਜਾਂ ਕੋਈ ਪਰ ਡੇ ਵਾਲੀ ਇਨਕਮ ਹੋ ਜੇ ਨਾ ਤਾਂ ਫਿਰ ਇਹ ਇਕੱਲੀ ਖੇਤੀ 'ਤੇ ਡਿਪੈਂਡੈਂਟ ਨਾ ਰਹੇ ਅੱਧੇ ਘੰਟੇ ਦੇ ਬੇਮੌਸਮੇ ਗੜੇ ਸਾਰੀ ਕਬੀਲਦਾਰੀ ਲੀਜ਼ 'ਚੋਂ ਲਾਹ ਕੇ ਧਰ ਦਿੰਦੇ ਨੇ ਜੀ ਹੁਣ ਕਿਸੇ ਨੇ ਕੁੜੀ ਦਾ ਵਿਆਹ ਬਾਰੇ ਸੋਚਿਆ ਹੋਣਾ ਕਿਸੇ ਨੇ ਹੋਰ ਪੜ੍ਹਾਈ ਬਾਰੇ ਬੱਚਿਆਂ ਦੀ ਫੀਸਾਂ ਬਾਰੇ ਸੋਚਿਆ ਹੋਣਾ ਆਹ ਸੋਚਾਂ ਫਿਰ ਹੁਣ ਉਹ ਇੱਥੋਂ ਕੀ ਹੋਊਗਾ ਉਹ ਡਿਪਰੈਸ਼ਨ 'ਚ ਹੋਊਗਾ ਡਿਪਰੈਸ਼ਨ 'ਚ ਹੋਊਗਾ ਉਹ ਚੱਕੂਗਾ ਰੱਸਾ ਚੱਕੂਗਾ ਅਤੇ ਫਾਹਾ ਲਊਗਾ ਜਾਂ ਸਪਰੇਅ ਪੀਊਗਾ ਮੈਂ ਇਹ ਵੀ ਬੇਨਤੀ ਕਰਨੀ ਚਾਹੁੰਦਾ ਤੁਹਾਡੇ ਜ਼ਰੀਏ ਕਿ ਇਹ ਹੱਲ ਨਹੀਂ ਹੈਗਾ ਖੁਦਕੁਸ਼ੀ ਕੋਈ ਅਸੀਂ ਤੁਹਾਡੇ ਨਾਲ ਖੜਾਂਗੇ ਤੁਸੀਂ ਸਾਨੂੰ ਜਿੰਨਾ ਸਾਨੂੰ ਵਧਾਉਣਾ ਵੀ ਪਿਆ ਕਿ ਕਬੀਲਦਾਰੀ ਇਹਦੇ ਨਾਲ ਨਹੀਂ ਚੱਲਦੀ ਜਾਂ ਇੰਨਾ ਜ਼ਿਆਦਾ ਨੁਕਸਾਨ ਹੋ ਗਿਆ ਅਸੀਂ ਵਧਾ ਲਾਂਗੇ ਪਰ ਅਸੀਂ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣਾ ਅਸੀਂ ਮਜ਼ਦੂਰ ਨੂੰ ਵੀ ਉਹਦਾ ਚੁੱਲ੍ਹਾ ਵੀ ਜਿਹੜਾ ਠੰਡਾ ਨਹੀਂ ਹੋਣ ਦੇਣਾ ਅਸੀਂ ਦੁਕਾਨਦਾਰ ਦੀ ਦੁਕਾਨਦਾਰੀ ਕਿਉਂ ਮਰ ਨਹੀਂ ਦੇਣੀ ਕਿਉਂਕਿ ਦੇਖੋ ਇਹ ਸਾਰੀਆਂ ਚੀਜ਼ਾਂ ਜੁੜੀਆਂ ਹੋਈਆਂ ਨੇ ਜੇ ਆਹ ਫਸਲ ਮਰ ਗਈ ਲੋਕਾਂ ਦੀ ਜੇਬ 'ਚ ਪੈਸਾ ਨਹੀਂ ਆਇਆ ਤਾਂ ਜਿਹੜੇ ਆਲੇ ਦੁਆਲੇ ਵਾਲੇ ਬਾਜ਼ਾਰ ਨੇ ਉਹ ਵੀ ਮਰ ਜਾਣਗੇ ਜੀ ਕਿਉਂਕਿ ਜਦੋਂ ਪੈਸੇ ਹੀ ਨਹੀਂ ਬਾਜ਼ਾਰ ਕੀ ਕਰਨ ਜਾਊਗਾ ਅਗਲਾ ਸੋ ਇਹ ਸਾਰਾ ਕੁਝ ਜੁੜਿਆ ਹੋਇਆ ਸਾਡੇ ਨਾਲ ਸੋ ਇਸ ਕਰਕੇ ਮੈਂ ਕਹਿਣਾ ਕਿ ਅਸੀਂ ਪੰਜਾਬ ਸਰਕਾਰ ਵੱਲੋਂ ਜਿੰਨਾ ਹੋ ਸਕਦਾ ਅਸੀਂ ਉਹਨੂੰ ਹੈਲਪ ਕਰਾਂਗੇ ਅਤੇ ਨਾਲ ਦੀ ਨਾਲ ਸਕੂਲਾਂ ਰਾਹੀਂ ਇਹਨਾਂ ਨੂੰ ਬੱਚੇ ਪੜ੍ਹਾਵਾਂਗੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਖੇਤੀ ਦੇ ਬਾਰੇ ਅਸੀਂ ਫਸਲਾਂ ਦਾ ਜਿਹੜਾ ਝੋਨੇ ਦਾ ਬਦਲਾਅ ਕੋਈ ਉਹ ਵੀ ਅਸੀਂ ਦੇਖ ਰਹੇ ਹਾਂ ਔਰ ਜਿਹੜੇ 4-5 ਹੋਰ ਫਸਲਾਂ ਜਿਹੜੀਆਂ ਨੇ ਉਹਨਾਂ 'ਤੇ MSP 'ਤੇ ਅਸੀਂ ਜਿਹੜਾ ਉਹ ਜਿਹੜਾ ਲਿਖਤ ਪੜ੍ਹਤ ਕਰ ਰਹੇ ਹਾਂ ਝੋਨਾ ਘੱਟ ਤੋਂ ਘੱਟ ਹੋਵੇ ਝੋਨਾ ਰਕਬੇ 'ਚ ਘੱਟ ਤੋਂ ਘੱਟ ਹੋਵੇ ਤਾਂ ਪਾਣੀ ਵੀ ਬਚੂਗਾ ਬਿਜਲੀ ਬਚੂਗੀ ਝੋਨੇ ਦੀ ਥਾਂ 'ਤੇ ਕੋਈ ਇਹੋ ਜਿਹੀ ਫਸਲ ਲਾਈਏ ਜਿਹੜੀ ਉਹਨੂੰ ਝੋਨੇ ਜਿੰਨੀ ਫਾਇਦਾ ਦਿੰਦੀ ਹੋਵੇ ਇਹ ਸ਼ਰਤ ਹੈ ਸਰ ਹੈ ਜੀ ਮਾਮਲੇ ਤੇ ਪੈਲੀ ਕਰ ਰਿਹਾ ਇਹ ਬੰਦਾ ਹਾਂਜੀ ਉਹਦੇ ਬਾਰੇ ਕੋਈ ਕਹਿ ਜੀ ਹੁਣ ਮਰ ਗਏ 10 ਕਿੱਲੇ ਆ ਗਏ ਉਹਨੂੰ ਦੇ ਨਹੀਂ ਉਹ ਦੇ ਦਾਂਗੇ ਸਾਰਾ ਜਿੰਨੇ ਵੀ ਨੁਕਸਾਨ ਹੋਇਆ ਸਾਰਾ ਅਸੀਂ ਕੋਈ ਇਹ ਨਹੀਂ ਦੇਖਣਾ ਕਿ ਆਹ ਫਲਾਨੀ ਦੀ ਸੀ ਆਹ ਫਲਾਨੀ ਦੀ ਸੀ ਜਿਹਦਾ ਨੁਕਸਾਨ ਹੋਇਆ ਉਹ ਮਿਲੂਗਾ ਜੀ ਅਸੀਂ ਐ ਕੋਈ ਉਹ ਨਹੀਂ ਕਰਦੇ ਪੱਖਪਾਤ ਠੀਕ ਹੈ ਨਾ ਫਸਲ ਦੇ ਜਿਹੜਾ ਬੀਮਾ ਹੁੰਦਾ ਸਰ ਉਹਦੇ ਬਾਰੇ ਕੋਈ ਸਰਕਾਰ ਨੇ ਸੋਚਿਆ ਹਾਂਜੀ 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 ਇਸ ਵਾਰ ਅਸੀਂ ਜਿਹੜਾ ਕ੍ਰੌਪ ਇੰਸ਼ੋਰੈਂਸ ਲੈ ਕੇ ਆ ਰਹੇ ਹਾਂ ਤਾਂ ਕਿ ਉਹਨੂੰ ਵੀ ਥੋੜ੍ਹਾ ਜਿਹਾ ਸ਼ੋਰਟੀ ਰਹੇ ਕਿ ਜੇ ਫਸਲ ਨੁਕਸਾਨ ਨਹੀਂ ਜਾਂਦੀ ਤਾਂ ਮੈਨੂੰ ਬੀਮਾ ਮਿਲੇ ਇਦੋਂ ਪਹਿਲਾਂ ਬੀਮਾ ਦੀ ਕੋਸ਼ਿਸ਼ ਕੀਤੀ ਗਈ ਸੀ ਦੇਸ਼ ਲੈਵਲ 'ਤੇ ਪਰ ਉਹ ਕਾਮਯਾਬ ਨਹੀਂ ਹੋਇਆ ਸਿਰਫ ਪੈਸੇ ਲੈ ਗਏ ਬੈਂਕਾਂ 'ਚੋਂ ਕੱਟ ਲੈ ਗਏ ਬਿਨਾਂ ਪੁੱਛੇ ਕਿਸਾਨਾਂ ਨੂੰ ਉਹਨਾਂ ਦੇ ਖਾਤਿਆਂ 'ਚੋਂ ਪਰ ਬੀਮਾ ਮਿਲਣ ਵੇਲੇ ਲੈਣ ਵੇਲੇ ਕੋਈ ਨਹੀਂ ਇੱਥੇ ਸਾਹਮਣੇ ਆਇਆ ਲਾਸਟ ਕੁਐਸਚਨ ਜੀ ਜਿਵੇਂ ਗਰਾਊਂਡ ਜ਼ੀਰੋ ਤੇ ਆ ਕੇ ਤੁਸੀਂ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਹੋ ਲੱਗਦਾ ਹੈ ਕਿ ਜਿਹੜੇ ਖੁਦਕੁਸ਼ੀਆਂ ਕਿਸਾਨਾਂ ਕਰ ਰਹੇ ਨੇ ਜਦੋਂ ਬੇਮੌਸਮੀ ਮੀਂਹ ਪੈਂਦਾ ਇਹ ਚੀਜ਼ਾਂ ਰੁਕਣਗੀਆਂ ਜਿਵੇਂ ਮੁਆਵਜ਼ੇ 'ਚ ਵੀ 25% ਵਾਧਾ ਕੀਤਾ ਸਰ 15,000 ਰੁਪਏ ਪਰ ਕਿੱਲੇ ਦੇਣ ਦੀ ਗੱਲ ਕੀਤੀ ਆ ਲੱਗਦਾ ਕਿ ਖੁਦਕੁਸ਼ੀਆਂ ਰੁਕਣਗੀਆਂ ਪੰਜਾਬ ਨਹੀਂ ਦੇਖੋ ਖੁਦਕੁਸ਼ੀ ਨਾਲ ਕੋਈ ਹੱਲ ਨਹੀਂ ਹੁੰਦਾ ਨਾ ਤਾਂ ਕੋਈ ਕਰਜ਼ਾ ਲੈਂਦਾ ਨਾ ਹੀ ਕੋਈ ਇਹ ਫਸਲ ਦੁਬਾਰੇ ਠੀਕ ਹੋ ਜਾਊਗੀ ਮੈਂ ਕਹਿੰਦਾ ਪੰਜਾਬ ਦਾ ਕਿਸਾਨ ਮਿਹਨਤੀ ਕਿਸਾਨ ਹੈ ਉਹ ਮਿੱਟੀ ਦੇ ਵਿੱਚੋਂ ਸੋਨਾ ਗਾ ਲੈਂਦਾ ਸੋ ਇਸ ਤਰ੍ਹਾਂ ਦਿਲ ਛੋਟਾ ਨਾ ਕਰੇ ਅਸੀਂ ਸਰਕਾਰ ਜਿਹੜੀ ਉਹਦੇ ਨਾਲ ਖੜੂਗੀ ਇਕੱਲਾ ਇਹ ਇਕੱਲਾ ਮੁਆਵਜ਼ਾ ਨਹੀਂ ਅਸੀਂ ਉਹਦੇ ਧੀਆਂ ਪੁੱਤਾਂ ਨੂੰ ਪੜ੍ਹਾ ਕੇ ਨੌਕਰੀਆਂ 'ਤੇ ਲਾਉਣਾ ਚਾਹੁੰਦੇ ਹਾਂ ਜੇ ਨੌਕਰੀਆਂ 'ਤੇ ਲੱਗ ਗਏ ਉੱਚ ਪੱਧਰੀਆਂ 'ਤੇ ਤਾਂ ਉਹ ਇਕੱਲੀਆਂ ਫਸਲਾਂ 'ਤੇ ਡਿਪੈਂਡੈਂਟ ਨਹੀਂ ਰਹਿਣਗੇ ਜਿਹੜਾ ਲਾਹੇਵੰਦ ਧੰਦਾ ਖੇਤੀ ਬਣ ਜੇ ਅਤੇ ਨਾਲ ਨਾਲ ਜਵਾਕਾਂ ਨੂੰ ਉਹਨਾਂ ਦੇ ਨੌਕਰੀ ਮਿਲ ਜੇ ਫਿਰ ਜੇ ਕੋਈ ਬੇਮੌਸਮੀ ਬਰਸਾਤ ਵੀ ਹੁੰਦੀ ਹੈ ਤਾਂ ਕਿਸੇ ਹੋਰ ਪਾਸਿਓਂ ਇਨਕਮ ਆਉਂਦੀ ਹੈ ਤਾਂ ਕਿਸਾਨ ਜਿਹੜਾ ਉਹ ਕਦੇ ਸੋਚੂਗਾ ਨਹੀਂ ਉਹ ਵੀ ਦਮਾਮੇ ਮਾਰਦਾ ਮੇਲੇ ਜਾਊਗਾ ਸੋ ਮੈਂ ਤਾਂ ਇਹੀ ਕਹਿਣਾ ਕਿ ਜਿਹੜਾ
ਸਾਡਾ ਕਿਸਾਨ ਹੈ ਅੰਨਦਾਤਾ ਜਿਹੜਾ ਅੰਨਦਾਤਾ ਹੀ ਜੇ ਭੁੱਖਾ ਮਾਰਤਾ ਤਾਂ ਫਿਰ ਸਾਡੇ ਸਰਕਾਰਾਂ ਜਿਹੜੀਆਂ ਨੇ ਉਹ ਉਹਨਾਂ ਦੀ ਕਿਤੇ ਨਾ ਕਿਤੇ ਕਮੀ ਹੈ ਇਹਦਾ ਮਤਲਬ ਫਿਰ ਸੋ ਅਸੀਂ ਅੰਨਦਾਤੇ ਨੂੰ ਕਦੇ ਵੀ ਭੁੱਖਾ ਨਹੀਂ ਸੌਣ ਦੇਵਾਂਗੇ ਅਤੇ ਸਾਰੇ ਮੁਲਕ ਨੂੰ ਢਿੱਡ ਭਰਨ ਵਾਲਾ ਸਾਰੇ ਮੁਲਕ ਨੂੰ ਰੋਟੀ ਖਵਾਉਣ ਵਾਲਾ ਜਿਹੜਾ ਉਹ ਆਪ ਖੁਸ਼ਹਾਲ ਰਹਿਣਾ ਚਾਹੀਦਾ। ਨਿਹਾਲ ਸਿੰਘ ਵਾਲਾ ਖਾਈ ਪਿੰਡ ਤੁਸੀਂ ਵੀ ਮੌਜੂਦ ਰਹੇ ਹਾਂ, ਕਿਸ ਤਰ੍ਹਾਂ ਦਾ ਆਸ਼ਵਾਸਨ ਮੁੱਖ ਮੰਤਰੀ ਸਾਹਿਬ ਵੱਲੋਂ ਦਿੱਤਾ ਗਿਆ ਅਤੇ ਕੀ ਕਹਿਣਾ ਚਾਹੋਗੇ ਕਿਉਂਕਿ ਲਗਾਤਾਰ ਕਿਸਾਨਾਂ ਦੀ ਮੰਗ ਸੀ ਕਿ ਜਿਹੜੇ ਗਿਰਦਾਵਰੀ ਜਲਦ ਤੋਂ ਜਲਦ ਕਰਵਾਈ ਜਾਵੇ, ਮੁਆਵਜ਼ਾ ਉਹਨਾਂ ਨੂੰ ਦਿੱਤਾ, ਨੁਕਸਾਨ ਬਹੁਤ ਜ਼ਿਆਦਾ ਹੋਇਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਸਾਡੇ ਬਹੁਤ ਹੀ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦੀ ਹਾਂ ਕਿ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਮੁੱਖ ਮੰਤਰੀ ਗਰਾਊਂਡ 'ਤੇ ਆ ਕੇ ਜਿਹੜੇ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਖਰਾਬ ਹੋਈਆਂ ਕੁਦਰਤੀ ਜਿਹੜੀ ਬਰਸ ਆਫਤ ਆਈ ਹੈ ਉਸਦੇ ਕਾਰਨ, ਸੋ ਨਹੀਂ ਤਾਂ ਅਸੀਂ ਦੇਖਦੇ ਹੁੰਦੇ ਸੀਗੇ ਟੀ ਵੀ ਦੇ ਵਿੱਚ ਕਿ ਹੈਲੀਕਾਪਟਰਸ ਦੇ ਉੱਪਰ ਉਹੀ ਜਿਹੜਾ ਹੈਗਾ ਜਾਇਜ਼ਾ ਲੈ ਕੇ ਮੁੱਖ ਮੰਤਰੀ ਚਲੇ ਜਾਂਦੇ ਹੁੰਦੇ ਸੀ। ਪਹਿਲੀ ਵਾਰ ਹੋਇਆ ਪੰਜਾਬ ਦੇ ਵਿੱਚ ਕਿ ਮੁੱਖ ਮੰਤਰੀ ਕਿਸਾਨਾਂ ਦਾ ਦਰਦ ਸਮਝਦੇ ਹੈ, ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਸ ਉਮੀਦਾਂ ਨਾਲ ਲੋਕਾਂ ਨੇ ਬਣਾਈ ਹੈ ਉਹਦੇ 'ਤੇ ਪੂਰੀ ਖਰੀ ਉਤਰੀ ਹੈ। ਮੁੱਖ ਮੰਤਰੀ ਸਾਹਿਬ ਵੱਲੋਂ ਆਸ਼ਵਾਸਨ ਦਿਲਵਾਇਆ ਗਿਆ ਕਿ ਇੱਕ ਹਫ਼ਤੇ ਵਿੱਚ ਜਿਹੜੀ ਹੈਗੀ ਹੈ ਗਿਰਦਾਵਰੀ ਕਰਵਾ ਕੇ ਕਿਸਾਨਾਂ ਦੀਆਂ ਫਸਲਾਂ ਦਾ ਜਿੰਨਾ ਵੀ ਨੁਕਸਾਨ ਹੋਇਆ, ਚਾਹੇ ਕਿਸੇ ਨੇ ਠੇਕੇ 'ਤੇ ਲੱਤੀ ਹੋਈ ਸੀਗੀ, ਚਾਹੇ ਕਿਸੇ ਦੀ ਆਪਣੀ ਫਸਲ ਸੀਗੀ, ਚਾਹੇ ਉੱਥੇ ਕੋਈ ਲੇਬਰ ਕਰਦਾ ਸੀ, ਸਭ ਦੀ ਜਿਹੜੀ ਹੈਗੀ ਹੈ ਭਰਪਾਈ ਕੀਤੀ ਜਾਊਗੀ। ਇੱਕ ਹਫ਼ਤੇ ਦੇ ਵਿੱਚ ਜਿਹੜਾ ਹੈਗਾ ਡੀਸੀ ਸਾਹਿਬਾਨਾਂ ਨੂੰ ਜਿਹੜੀਆਂ ਹਿਦਾਇਤਾਂ ਦਿੱਤੀਆਂ ਗਈਆਂ ਅਤੇ 10 ਦਿਨਾਂ ਦੇ ਵਿੱਚ ਜਿਹੜੇ ਹੈਗੇ ਆ ਸਰਕਾਰ ਫੰਡ ਰਿਲੀਜ਼ ਕਰਕੇ ਕਿਸਾਨਾਂ ਤੱਕ ਪਹੁੰਚਾ ਦੇਵੇ। ਮੈਮ ਜਿੱਦਾਂ ਮਜ਼ਦੂਰਾਂ ਦੀ ਗੱਲ ਆ ਰਹੀ ਸੀ ਕਿ ਜਿਸ ਤਰੀਕੇ ਨਾਲ ਜਿਹੜੇ ਮਜ਼ਦੂਰ ਕਟਾਈ ਕਰਦੇ ਸੀ ਜਾਂ ਹੋਰ ਫਸਲਾਂ ਨੂੰ ਕੱਟਣਗੇ, ਉਹਨਾਂ ਬਾਰੇ ਕੁਛ ਕੀਤਾ? ਹਾਂਜੀ ਬਿਲਕੁਲ, ਜਿਹੜੇ ਮਜ਼ਦੂਰਾਂ ਦੀਆਂ ਜਿਹੜੀ ਹੈਗੀ ਆ ਉਹਨਾਂ ਦੀ ਵੀ ਹੈਲਪ ਕੀਤੀ ਜਾਏਗੀ। ਈਵਨ ਜਿਨ੍ਹਾਂ ਦੇ ਭਾਰੀ ਬਰਸਾਤ ਹੋਣ ਦੇ ਕਰਕੇ ਗੜੇ ਪੈਣ ਕਰਕੇ ਕੱਚੇ ਘਰ ਢਹਿ ਗਏ ਆ ਉਹਨਾਂ ਨੂੰ ਵੀ ਮੁੱਖ ਮੰਤਰੀ ਸਾਹਿਬ ਅਨਾਊਂਸ ਕਰਕੇ ਗਿਆ ਕਿ 95,000 ਦੀ ਜਿਹੜੀ ਹੈਗੀ ਆ ਰਾਸ਼ੀ ਉਹਨਾਂ ਨੂੰ ਵੀ ਦਿੱਤੀ ਜਾਏਗੀ ਅਤੇ ਜਦੋਂ ਤੱਕ ਉਹਨਾਂ ਦੇ ਘਰ ਨਹੀਂ ਬਣਗੇ ਉਹਨਾਂ ਦਾ ਵੀ ਜਿਹੜਾ ਹੈਗਾ ਇੱਕ ਉਹਨਾਂ ਦੇ ਲਈ ਅਰੇਂਜਮੈਂਟਸ ਕੀਤੇ ਜਾਣਗੇ ਉਹਨਾਂ ਦੇ ਰੁਕਣ ਦੇ ਲਈ, ਰਹਿਣ ਦੇ ਲਈ। ਔਰ 25% ਜਿਹੜਾ ਹੈਗਾ ਵਾਧਾ ਕੀਤਾ ਗਿਆ, ਪਹਿਲਾਂ 12,000 ਰੁਪਇਆ ਜਿਹੜਾ ਦਿੱਤਾ ਜਾਂਦਾ ਸੀ, ਹੁਣ ਮੁੱਖ ਮੰਤਰੀ ਸਾਹਿਬ ਵੱਲੋਂ 15,000 ਰੁਪਏ ਦੀ ਰਾਸ਼ੀ ਜਿਹੜੀ ਹੈਗੀ ਆ 75% ਤੋਂ 100% ਜਿਨ੍ਹਾਂ ਦੀ ਫਸਲ ਖਰਾਬ ਹੋਈ ਆ ਉਹਨਾਂ ਨੂੰ 15,000 ਰੁਪਇਆ ਅਤੇ ਜਿਨ੍ਹਾਂ ਦੀ 35% ਤੋਂ 75% ਹੋਈ ਆ ਉਹਨਾਂ ਨੂੰ 6,750 ਰੁਪਏ ਜਿਹੜੇ ਹੈਗੇ ਆ ਮੁਆਵਜ਼ੇ ਦੇ ਤੌਰ 'ਤੇ ਪਰ ਏਕੜ ਦਿੱਤੇ ਜਾਣਗੇ।